ਦੋਸਤੋ ਅੱਜ 11 ਜਨਵਰੀ 2024 ਆ ਅਤੇ ਮੈਂ ਖੇਤ ਆ ਕੇ ਬਿਲਕੁਲ ਵੀ ਖੁਸ਼ ਨਹੀਂ ਸੀਗਾ, ਪਰ ਮੈਨੂੰ ਮੇਰਾ ਪਾਪਾ ਧੱਕੇ ਨਾਲ ਖੇਤ ਲੈ ਕੇ ਆਇਆ, ਕਹਿੰਦਾ ਚੱਲ ਕਿ ਦਵਾਈ ਕਰਾ, ਹੁਣ ਮੈਨੂੰ ਪੈਪ ਖਿੱਚਣੀ ਪਊਗੀ, ਸਾਰਾ ਕੁਛ ਕਰਨਾ ਪਊਗਾ ਅਤੇ ਮੈਂ ਅੱਜ ਕਿਸੇ ਹੋਰ ਕੰਮ ਜਾਣਾ ਸੀਗਾ, ਪਰ ਮੈਨੂੰ ਕਹਿੰਦੇ ਵੀ ਅੱਜ ਤਾਂ ਚੱਲਣਾ ਪਊਗਾ, ਨਹੀਂ ਤਾਂ ਕੰਮ ਬਹੁਤ ਖਰਾਬ ਹੋ ਜੂਗਾ, ਇਸ ਕਰਕੇ ਅੱਜ ਮੈਨੂੰ ਖੇਤ ਆਉਣਾ ਪਿਆ। ਠੰਡ ਬਹੁਤ ਜ਼ਿਆਦਾ ਆ, ਕੰਬਲ ਮੈਂ ਹੁਣੇ ਲਾਇਆ ਗਾ ਅਤੇ ਆਹ ਕੋਟ ਤਾਂ ਮੇਰੇ ਹਮੇਸ਼ਾ ਪਾਏ ਹੁੰਦਾ, ਤੁਸੀਂ ਦੇਖਦੇ ਰਹਿੰਦੇ ਹੋ ਵੀਡੀਓ 'ਚ। ਹੁਣ ਦਵਾਈ ਮੈਨੂੰ ਕਰਾਉਣੀ ਪਊਗੀ, 10-10 ਕਿੱਲਿਆਂ ਦੀ ਲੰਬਾਈ 'ਤੇ ਪੈਪ ਖਿੱਚਣੀ ਪਊਗੀ, 10-10 ਕਿੱਲਿਆਂ ਦੀ ਲੰਬਾਈ 'ਤੇ। ਮੇਰੇ ਵਰਗੀ ਨਾਜ਼ੁਕ ਜਾਨ, ਮੇਰੇ ਵਰਗਾ ਮਾਸੂਮ ਅਤੇ ਨਾਜ਼ੁਕ ਬੰਦਾ, ਨਾਜ਼ੁਕ ਇਨਸਾਨ ਅੱਜ ਇੰਨੀ ਤੰਗੀ ਦੇ ਵਿੱਚ ਆਉਣ ਜਾ ਰਿਹਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਚਲੋ ਕੋਈ ਗੱਲ ਨਹੀਂ, ਭੀੜਾਂ ਬੰਦਿਆਂ 'ਤੇ ਪੈਂਦੀਆਂ ਹੀ ਆਈਆਂ, ਕੋਈ ਗੱਲ ਨਹੀਂ ਮੇਰੇ 'ਤੇ ਪੈ ਜੂਗੀ, ਕੋਈ ਚੱਕਰ ਨਹੀਂ। ਅਤੇ ਆਹ ਜਿੰਨੀ ਤੁਸੀਂ ਮਗਰ ਦੇਖ ਰਹੇ ਹੋ, ਜਿੰਨਾ ਵਾਹਣ, ਜਿੰਨੀ ਕਣਕ, ਇਹ ਸਾਰੀ 'ਚ ਦਵਾਈ ਕਰਨੀ ਆ। ਟਰੈਕਟਰ ਉਹਨਾਂ ਨੇ ਭਰ ਲਿਆ ਬਾਈ, ਢੋਲ ਭਰ ਲਿਆ ਪਿੱਛੇ ਟਰੈਕਟਰ ਮਗਰ ਦਵਾਈ ਦਾ। ਹੁਣ ਉਹ ਪਤਾ ਹੀ ਨਹੀਂ ਆਥਣ ਤੱਕਰ ਕਿੰਨੇ ਕੁ ਵਿਹਲੇ ਕਰਨੇ ਆ ਅਤੇ ਕਿੰਨੇ ਕੁ ਨਾ, ਮੈਨੂੰ ਤਾਂ ਕੋਈ ਅੰਦਾਜ਼ਾ ਨਹੀਂ। ਗੱਟਿਆਂ ਦੇ ਗੱਟੇ ਦਵਾਈ ਦੇ ਲਿਆ ਰੱਖੇ ਇਹਨਾਂ ਨੇ, ਪਤਾ ਨਹੀਂ ਅੱਜ ਹੀ ਸਾਰੇ ਪਿੰਡ ਦੀ ਦਵਾਈ ਆਪ ਹੀ ਅੱਜ ਹੀ ਕਰਕੇ ਜਾਵਾਂਗੇ, ਪਤਾ ਨਹੀਂ ਮੇਰੇ ਬਦਲੇ ਲੈ ਰਹੇ ਆ ਕੀ ਗਿਣ ਗਿਣ ਕੇ। ਝੰਡੇ ਕਿੰਨੇ ਨੂੰ ਜਾ।
ਪਹਿਲਾਂ ਕੰਬਲ ਲਾਇਆ ਹੁਣ ਤਾਂ ਕੱਢ ਲਈ ਅੱਜ ਬਣਾ ਲਿਆ ਫਿਰ ਇਸ ਤੋਂ ਬਾਅਦ ਸੂਈਆਂ ਦੇ ਫੜੇ ਦੋ ਤਿੰਨ ਦਿਨ ਸਾਰੀ ਕਰਦੇ ਹਾਂ ਬਣ ਗਈ ਜਾ ਹੈਲੋ ਇੱਕ ਵਾਟੀ ਦੋ ਤਿੰਨ ਚਾਰ ਆ ਪਤੀਲੀ 'ਚ ਤਾਂ ਮੈਂ ਹੀ ਪੀ ਲੂੰ ਸਿੱਧੀ ਦਿੱਤਾ ਨਹੀਂ ਮੈਂ ਖੇਤ ਪਾ ਕੇ ਕੱਲ੍ਹ ਲੇਟ ਹੋ ਗਿਆ ਉੱਥੋਂ ਆਇਆ ਬੰਦੇ ਪੰਜ ਵਾਟੀਆਂ ਚਾਰ ਬਹੁਤ ਨਾ ਇਨਸਾਫੀ ਆ ਚਲੋ ਧੁੱਪ ਨਿਕਲੇ ਹੁਣ ਇਸ ਤੋਂ ਬਾਅਦ ਆਪਾਂ ਜਿਹੜੀ ਮੁਲਾਕਾਤ ਆ ਸਿੱਧੀ ਉੱਥੇ ਕਰਾਂਗੇ ਖੇਤ 'ਚ ਦਵਾਈ ਕਰਨ ਵੇਲੇ ਉਹ ਚੱਲ ਪਿਆ ਦੋਸਤੋ ਟਰੈਕਟਰ ਪਤਾ ਨਹੀਂ ਤੁਹਾਨੂੰ ਦਿਖ ਰਿਹਾ ਹੋਊਗਾ ਇੱਥੋਂ ਕਿ ਨਾ ਹੋ ਜਾਂਦਾ ਇਹ ਚੱਲ ਪਿਆ ਅਤੇ ਹੁਣ ਮੈਨੂੰ ਵੀ ਚੱਲਣਾ ਪਊਗਾ ਕੋਟ ਕੂਟ ਲਾਉਣਾ ਪਊਗਾ ਪਰ ਇੱਕ ਗੱਲ ਅੱਜ ਮੇਰੇ ਫਾਇਦੇ ਦੀ ਇਹ ਹੋ ਗਈ ਵੀ ਧੁੱਪ ਨਿਕਲੇ 12 ਇੱਕ ਵਜੇ ਦਾ ਟਾਈਮ ਹੋ ਰਿਹਾ ਅਤੇ ਧੁੱਪ ਨਿਕਲੇ ਇਹ ਗੱਲ ਮੇਰੇ ਲਈ ਬਹੁਤ ਵਧੀਆ ਹੋਈ ਹੈ ਕਿਉਂਕਿ ਠੰਡ ਦੇ ਵਿੱਚ ਜਿੰਨਾ ਮੇਰਾ ਬੁਰਾ ਹਾਲ ਹੁੰਦਾ ਉਹਨਾਂ ਤਾਂ ਕਿਸੇ ਦਾ ਹੋ ਨਹੀਂ ਸਕਦਾ ਕੁੱਤੇ ਵਾਂਗੂ ਮੈਂ ਵੀ ਇਕੱਲੇ ਨੱਕ ਤੋਂ ਜ਼ਿਆਦਾ ਪਾਲਾ ਮੰਨਦਾ ਗਾ ਹਾਂ ਚੱਲ ਉਹ ਉਰੇ ਆ ਉਰੇ ਉਰੇ ਆ ਉਰੇ ਆ ਉਰੇ ਆ ਇਹ ਤੋਂ ਪੁੱਛਦੇ ਆ ਵੀ ਕਿਹੜੀ ਦਵਾਈ ਪਾਈ ਆ ਉਹਦੇ 'ਚ ਸੋਨੂੰ ਪਹਿਲਾਂ ਇਹ ਦੱਸਦੀ ਵੀ ਇਹ 'ਚ ਦਵਾਈ ਕਿਹੜੀ ਪਾਈ ਗਿਆ ਆਹ ਮਾੜਾ ਦੱਸ ਵੀ ਇਹਦੇ 'ਚ ਕਿਹੜੀ ਕਿਹੜੀ ਦਵਾਈ ਪਾਈ ਆਪਾਂ ਬੋਲ ਕੇ ਕੋਲੇ ਆ ਜਾ ਮੇਰੇ ਮੈਕ ਲੱਗਿਆ ਹੋਇਆ ਆਹ ਦੱਸ ਇਹਦੇ 'ਚ ਕਿਹੜੀ ਕਿਹੜੀ ਦਵਾਈ ਪਾਈ ਆ ਅਤੇ ਕਿੰਨੇ ਕਿੱਲਿਆਂ ਦੀ ਦਵਾਈ ਆ ਅਤੇ ਹੱਥ ਨੂੰ ਕਿੰਨੇ ਢੋਲ ਪਾਉਣੇ ਆ ਪਹਿਲਾਂ ਇਹ ਦੱਸ ਵੀ ਜਿਹੜੀ ਉਹਦੇ 'ਚ ਦਵਾਈ ਪਾਈ ਆ ਉਹ ਕਿੰਨੇ ਕਿਹੜੀ ਪਾਈ ਆ ਉਹ 'ਚ ਪਾਈ ਆ ਇੱਕ ਤਾਂ ਮੈਗਜ਼ੀਨ ਪਾਈ ਆ ਇੱਕ ਨੈਨੋ ਯੂਰੀਆ ਇੱਕ ਮੈਗਜ਼ੀਨ ਅਤੇ ਇੱਕ ਨੈਨੋ ਯੂਰੀਆ ਇਹ ਕਣਕ ਵਾਸਤੇ ਆ ਕਣਕ ਵਾਸਤੇ ਇਹ ਕੀ ਫਾਇਦਾ ਕਰੂਗੀ ਕਣਕ ਨੂੰ ਇਹ ਪੀਲੀ ਹੋਣ ਤੋਂ ਹਟਾਊਗੀ ਹਟਾਰ ਕਰੂਗਾ ਕਣਕ ਪੀਲੀ ਹੋਣ ਤੋਂ ਬਚਾਊਗੀ ਅਤੇ ਕਣਕ ਹੋਰ ਜ਼ਿਆਦਾ ਮਤਲਬ ਉਹ ਹੋਊਗੀ ਨਿਸਰੂਗੀ ਫਟਾਰ ਕਰੂਗੀ ਫਟਾਰ ਕਰੂਗੀ ਫਟਾਰ ਮਤਲਬ ਫੁੱਟੂਗੀ ਹਾਂ ਕੱਚੀ ਹੋਊਗੀ ਕੱਚੀ ਹੋ ਜੂਗੀ ਠੀਕ ਹੈ ਅਤੇ ਹੋਰ ਇਹ ਕਿੰਨੇ ਇੱਕ ਕਿੱਲੇ 'ਚ ਮਤਲਬ ਇਹ ਢੋਲ ਕਿੰਨੇ ਕਿੱਲਿਆਂ 'ਚ ਪੈ ਜੂ ਇੱਕ ਢਾਈ ਕਿੱਲਿਆਂ 'ਚ ਢਾਈ ਕਿੱਲਿਆਂ 'ਚ ਅਤੇ ਕੀ ਕੁਛ ਦਵਾਈ ਦਾ ਪਾਤਾ 'ਚ ਕਿੰਨੇ ਪੈਕਟ ਪਾਤੇ ਕਿੰਨੇ ਲੀਟਰ ਪਾਤੇ ਢਾਈ ਬੈਠਕ ਅਤੇ 2 ਲੀਟਰ ਅਤੇ ਉਹ ਲੀਟਰ ਕਿਹੜੇ ਕਿਹੜੇ ਪਾਏ ਆ ਨੈਨੋ ਯੂਰੀਆ ਦੇ ਨੈਨੋ ਯੂਰੀਆ ਦੇ ਜਦੋਂ ਹੁਣ ਅੱਜ ਦਵਾਈ ਕਰਤੀ ਹੁਣ ਕਿੰਨਾ ਟਾਈਮ ਲੋੜ ਨਹੀਂ ਆਪਾਂ ਨੂੰ ਦਵਾਈ ਦੁਬਾਰੇ ਕਰਨ ਦੀ ਬਸ ਮੈਂ ਕਰ ਵੱਢਣ ਤਾਂ ਹੀ ਲੋੜ ਵੱਢਣ ਤਾਂ ਹੀ ਜਿੰਨਾ ਚਿਰ ਮਕਰ ਪੈਣ ਨਹੀਂ ਲੱਗਦੀ ਆ ਕੇ ਚਲੋ ਭਾਈ ਇਹ ਨਵੇਂ ਮੁੰਡਿਆਂ ਤੋਂ ਰਾਇ ਲੈਣੀ ਜ਼ਰੂਰੀ ਹੈ ਕਿਉਂਕਿ ਹੁਣ ਇਹਨਾਂ ਦਾ ਟਾਈਮ ਆ ਹੈ ਨਾ ਅਸੀਂ ਤਾਂ ਆਪਾਂ ਤਾਂ ਆਏ ਗਏ ਹੋ ਗਏ ਅੱਜ ਕੱਲ੍ਹ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਘਰ ਘਰ ਅਤੇ ਹੁਣ ਅਸੀਂ ਕਰਦੇ ਹਾਂ ਦਵਾਈ ਦੋਸਤੋ ਆਪਾਂ ਉਸ ਦਵਾਈ ਤੋਂ ਬਾਅਦ ਹੀ ਮੈਂ ਤੁਹਾਨੂੰ ਆਪਦਾ ਹਾਲ ਦਿਖਾਊਂਗਾ ਵੀ ਮੇਰਾ ਹਾਲ ਕਿਹੋ ਜਿਹਾ ਹੋ ਗਿਆ ਹੁਣ ਸ਼ਾਇਦ ਤੁਹਾਨੂੰ ਮੈਂ ਬੜਾ ਤੰਦਰੁਸਤ ਦਿਖ ਰਿਹਾ ਹੋਊਂਗਾ ਪਰ ਜਦੋਂ ਮੈਂ ਇੱਥੋਂ 10-15 ਢੋਲ ਪਵਾ ਲਏ ਹੈ ਨਾ ਉਦੋਂ ਸ਼ਾਇਦ ਮੈਥੋਂ ਹੋ ਸਕਦਾ ਮੋਬਾਈਲ ਵੀ ਨਾ ਚੱਕਿਆ ਜਾਵੇ ਐਂ ਐਂ ਕਰੀ ਜਾਂਦਾ ਹੋਵਾਂ ਚਲੋ ਦੇਖਦੇ ਹਾਂ ਫਿਰ ਬਾਅਦ 'ਚ ਮਿਲਦੇ ਆਪਾਂ ਠੀਕ ਹੈ ਫਿਰ ਦੋਸਤੋ ਕਿਹੜੀ ਦਵਾਈ ਹੈ ਇਹ ਹੈ ਮੈਰੀਜਨ ਇਹ ਕੋਈ ਨਵੀਂ ਚੱਲੀ ਹੈ ਸਾਡੇ ਟਾਈਮ 'ਚ ਤਾਂ ਹੁੰਦੀ ਨਹੀਂ ਸੀ ਅੱਛਾ ਇਹ ਨਵੀਂ ਚੱਲੀ ਹੈ ਕਾਹਦੇ ਵਾਸਤੇ ਕਣਕ ਤਾਂ ਹਜੇ ਕੱਚੀ ਆ ਪਹਿਲਾਂ ਤਾਂ ਪਾਣੀ ਲਾਇਆ ਦੂਜੇ ਪਾਣੀ ਦੇ ਉੱਪਰ ਗਈ ਕਿੰਨੇ ਦਾ ਉਹਦਾ ਇੱਕ ਪੈਕਟ ਹੈ ਕੀ ਕੁਛ
ਸਾਡੇ ਦੇਖਣ ਵਾਲਿਆਂ ਨੂੰ ਸਾਰੀ ਗੱਲ ਦੱਸ। 90 ਰੁਪਈਆਂ ਦਾ ਤੇ ਕਿੰਨੇ ਪੈ ਜਾਣਗੇ ਜੇ ਟੋਲ ਚ? 2.5 ਫਿਰ ਕਿੰਨਾ ਚਿਰ ਲੋੜ ਨਹੀਂ? 2.5 ਕਿਲੋ ਨਾ ਹੁਣ ਕਿੰਨੇ ਦਿਨਾਂ ਬਾਅਦ ਕਰਾਂਗੇ? ਅੱਜ ਦੀ ਕਰੀ ਦੁਆ ਤਾਂ ਫਿਰ ਕਰਦੀ ਨਹੀਂ ਤਾਂ। ਅੱਛਾ ਪਾਈ ਚੱਲ ਪਾਈ ਚੱਲ ਚੱਕ ਦੇ ਫੱਟੇ ਤਾਂ ਹੀ ਤਾਂ ਕਣਕਾਂ 'ਚ ਜ਼ਹਿਰ ਬਣੀ ਜਾਂਦਾ, ਅਸੀਂ ਇੰਨੀਆਂ ਦਵਾਈਆਂ ਪਾਉਂਦੇ ਹਾਂ। ਨਹੀਂ ਇਹ ਕਿਹੜੇ ਹਿਸਾਬ ਦੀ ਛੇਤੀ ਹੈਗੀ ਪਈ ਇਹਦੇ 'ਚ ਪਊਗੀ ਐਤਕੀ ਜੀ? ਆ ਜਾ ਚੱਲ ਥੱਕਿਆ ਤਾਂ ਨਹੀਂ ਕਿ ਥੱਕ ਗਿਆ? ਚੱਕ ਇੱਧਰ, ਨਹੀਂ ਥੱਕਿਆ। ਇੱਕ ਢੋਲ ਤਾਂ ਪਾਤਾ ਦੋਸਤੋ, ਇੱਕ ਢੋਲ ਦੇ ਵਿੱਚ ਹੀ ਮੇਰੀ ਹਾਲਤ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਰਕ ਦਿਖਾਈ ਦੇ ਰਿਹਾ ਹੋਊਗਾ। ਮੇਰਾ ਕੋਟ ਵੀ ਲਹਿ ਗਿਆ ਗਰਮੀ ਨਾਲ, ਗਰਮੀ ਇੰਨੀ ਆਈ ਅਤੇ ਜ਼ੋਰ ਵੀ ਬਹੁਤ ਲੱਗਿਆ, ਬਾਹਾਂ ਵੀ ਬਹੁਤ ਦੁਖੀਆਂ ਕਿਉਂਕਿ ਲੰਬਾਈ ਬਹੁਤ ਸੀਗੀ। 4.5 ਕਿੱਲਿਆਂ ਦੀ ਲੰਬਾਈ 'ਤੇ ਪੈਪ ਖਿੱਚ ਕੇ ਲਿਜਾਣੀ ਸੀਗੀ ਸਿਰਫ 2 ਜਣਿਆਂ ਨੇ, ਕਿਉਂਕਿ ਇੱਕ ਤਾਂ ਉਹ ਤੋਂ ਦੇੜਨ ਵਾਲਾ ਹੀ ਸੀਗਾ ਢੋਲ ਤੋਂ, ਅਸੀਂ 2 ਜਣੇ ਲਿਜਾਣ ਵਾਲੇ ਸੀ, 1 ਜਣਾ ਕਰਨ ਵਾਲਾ ਸੀਗਾ, ਵਿਚਾਲੇ ਮੈਂ ਸੀਗਾ। ਅਤੇ ਹਜੇ ਤੱਕ ਪਰ ਫਿਰ ਵੀ ਹਾਲਾਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆ ਹਜੇ, ਪਰ ਜਿਹੜੇ ਹੋਰ ਢੋਲ ਪਾਵਾਂਗੇ ਉਹਨਾਂ ਦੇ ਵਿੱਚ ਦੇਖੋ ਜਾ ਕੇ ਕੀ ਬਣਦਾ ਗਾ। ਬਾਕੀ ਇਹਨਾਂ ਨੇ ਪੂਰੀ ਕੋਸ਼ਿਸ਼ ਕਰੀ ਮੈਨੂੰ ਧਕਾਉਣ ਦੀ ਵੀ ਥੱਕ ਜੇ ਭੱਜ ਜੇ, ਵੀ ਇਹਨੂੰ ਵੱਧ ਤੋਂ ਵੱਧ ਤੰਗ ਕਰਗੇ, ਕਿਉਂਕਿ ਇਹ ਕਿਹੜਾ ਰੋਜ਼ ਆਉਂਦਾ, ਕਦੇ ਕਦੇ ਮਸਾਂ ਫਸਿਆ ਗਾ, ਅੱਜ ਵੀ ਇਹਨੂੰ ਪੂਰਾ ਤੰਗ ਕਰਗੇ, ਪਰ ਮੈਂ ਵੀ ਅੱਗੋਂ ਪੂਰਾ ਜੌਹਰ ਦਿਖਾਇਆ। ਠੀਕ ਹੈ ਜੀ। ਇੱਕ ਤਾਂ ਇਹ ਜਿਹੜੇ ਨਵੇਂ ਜਿਹੇ ਮੁੰਡੇ ਆਏ ਆ ਨਾ ਹੁਣ ਖੇਤੀ 'ਚ, ਇਹਨਾਂ ਨੂੰ ਆਏ ਆ ਵੀ ਸਾਨੂੰ ਕਹਿੰਦੀ ਕੁਛ ਪਤਾ ਹੀ ਨਹੀਂ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨੀ ਇਹਨਾਂ ਨੇ ਖੇਤੀ ਕਰ ਲਈ ਉੰਨੀਆਂ ਤਾਂ ਅਸੀਂ ਰਾਤ ਨੂੰ ਪਾਣੀ ਦੀਆਂ ਬਾਰੀਆਂ ਲਾ ਗਏ, ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ। ਇਹ ਹੁਣ ਵੱਡੇ ਖੇਤੀਬਾੜ ਬਣਦੇ ਆ ਕਿਉਂਕਿ ਇਹਨਾਂ ਕੋਲ ਵੱਡੇ ਟਰੈਕਟਰ ਆ ਗਏ, ਠੀਕ ਹੈ, ਅਤੇ ਆਹ ਹੁਣ ਮੱਛੀ ਮੋਟਰ ਆ ਗਏ, ਇਹਨਾਂ ਨੇ ਸੋਚਣਾ ਪੱਕੇ ਬਸ ਘਰੇ ਹੀ ਜਾਣਾ, ਅਤੇ ਅਸੀਂ ਇੱਥੇ ਬਰਮਿਆਂ ਨਾਲ ਪਾਣੀ ਲਾਉਂਦੇ ਮਰ ਗਏ ਟਿੱਬਿਆਂ 'ਤੇ, ਲੇਹਾਂ 'ਚ ਲੇਹਾਂ ਚੰਬੜ ਜਾਂਦਾ ਸੀ ਇੰਨਾ। ਇਹਨਾਂ ਨੂੰ ਸਾਰਾ ਕੁਛ ਕਰਿਆ ਕਰਾਇਆ ਮਿਲ ਗਿਆ, ਜਿਹੜੇ ਨਵੇਂ ਸ਼ੋਹਰ ਜੀ ਹੁਣ ਜਿਵੇਂ 15-16-18 ਸਾਲ ਦੇ ਜਿਹੜੇ ਖੇਤੀ ਜੀ ਕਰਨ ਲੱਗੇ ਆ, ਬਸ ਇਹਨਾਂ ਨੂੰ 2 ਹੀ ਚੀਜ਼ਾਂ ਆਉਂਦੀਆਂ ਨੇ, ਇੱਕ ਤਾਂ ਡਿੱਕ ਹੋਵੇ ਵੱਡਾ ਸਾਰਾ ਮਗਰ, ਨਾ ਮਗਰ ਸਾਈਡ ਦੇ ਸੇ ਢੂਕਣੇ ਮਗਰ ਐਡਾ ਡਿੱਕ ਲਵਾ ਲੈਂਦੇ ਆ, ਤਾਂ ਹੀ ਇਹਨਾਂ ਨੂੰ ਇਹ ਲੱਗਦਾ ਵੀ ਆਪਾਂ ਨੂੰ ਤਾਂ ਫੁੱਦੂ ਸਮਝਦੇ ਆ ਇਹ, ਜਿਹੜੇ ਆਪਣੇ ਆਪਾਂ 90 ਦੇ ਜੰਮੇ ਆ, ਆਪਾਂ ਨੂੰ ਤਾਂ ਉਹ ਹੀ ਸਮਝਦੇ ਇਹ 90 ਦੇ ਜਨਮ ਵਾਲਿਆਂ ਨੂੰ। ਚਲੋ ਫਿਰ ਮਿਲਦੇ, ਪਿੱਛੇ ਆ ਗਏ ਉਹ। ਲਓ ਵੀ ਦੋਸਤੋ, ਹੁਣ ਅਸੀਂ ਪਾਤਾ ਦੂਜਾ ਢੋਲ, ਅਤੇ ਜਿਵੇਂ ਜਿਵੇਂ ਢੋਲ ਵੱਧ ਪਈ ਜਾਂਦੇ ਉਵੇਂ ਉਵੇਂ ਮੇਰੇ ਕੱਪੜੇ ਲਈ ਜਾਂਦੇ ਆ। ਪਹਿਲਾਂ ਇਹਨਾਂ ਨੇ ਮੇਰਾ ਕੰਬਲ ਲਵਾਇਆ ਸੀ, ਫਿਰ ਮੇਰਾ ਲਾਲ ਕੋਟ ਲਵਾਤਾ, ਹੁਣ ਮੇਰਾ ਟੋਪਾ ਵੀ ਲੈ ਗਿਆ। ਇੰਨੀ ਗਰਮੀ ਆ ਗਈ ਸਰੀਰ ਦੇ ਵਿੱਚ ਕੰਮ ਕਰਕੇ, ਇੰਨੀਆਂ ਪੈਪਾਂ ਖਿੱਚ ਖਿੱਚ ਕੇ ਐਂ ਜਮਾਂ ਸਰੀਰ ਅੱਗ ਬਣ ਗਿਆ। ਹੁਣ ਅੱਗੇ ਚੱਲ ਕੇ ਦੇਖੋ ਜਦੋਂ ਅਗਲਾ ਢੋਲ ਪਾਵਾਂਗੇ ਉਦੋਂ ਕੀ ਕੀ ਲਹੂਗਾ।
ਟੋਪਾ ਲੈ ਗਿਆ, ਕੋਟ ਲੈ ਗਿਆ, ਕੰਬਲ ਲੈ ਗਿਆ, ਠੰਡ ਵੀ ਲੈ ਗਈ, ਗਰਮੀ ਆਈ ਜਾਂਦੀ ਹੈ ਪੂਰੀ। ਹੁਣ ਜਦੋਂ ਅਗਲਾ ਢੋਲ ਪਾਵਾਂਗੇ ਉਦੋਂ ਪਤਾ ਨਹੀਂ ਕੀ ਲਹੂਗਾ, ਕਿਤੇ ਇਕੱਲੀ ਨਿੱਕਰ 'ਚ ਹੀ ਨਾ ਰਹਿ ਜਾ ਮੈਂ, ਮੈਨੂੰ ਤਾਂ ਐਂ ਡਰ ਲੱਗੀ ਜਾਂਦਾ ਗਾ। ਬਾਕੀ ਦੇਖਦੇ ਹਾਂ, ਇਹ ਵੀ ਤਾਂ ਥੱਕਣਗੇ ਮਾੜਾ ਮੋਟਾ, ਤਾਂ ਇਹ ਵੀ ਥੱਕਣਗੇ, ਇਹ ਵੀ ਤਾਂ ਬੰਦੇ ਆ, ਇਹ ਕਿਹੜਾ ਕੋਫਤੇ ਖਾਂਦੇ ਆ ਵੀ ਮੇਰਾ ਇਕੱਲੇ 'ਤੇ ਜ਼ੋਰ ਲੱਗੂਗਾ। ਉਹ ਚੱਲ ਗੱਲ ਵੱਖਰੀ, ਅੱਜ ਬਹੁਤ ਟਾਈਮ ਬਾਅਦ ਕੰਮ ਕਰਵਾ ਰਹੇ ਹਾਂ ਇਹਨਾਂ ਨਾਲ, ਪਰ ਥੱਕਦੇ ਤਾਂ ਇਹ ਵੀ ਹੋਣਗੇ ਆਖਰ ਨੂੰ, ਚਾਹ ਪਾਣੀ ਤਾਂ ਕਿਸੇ ਵੇਲੇ ਪੀਣਗੇ, ਉਦੋਂ ਨਾਲ ਮੈਂ ਬੈਠ ਜੂੰਗਾ। ਪਰ ਇਹ ਖੇਤੀ ਵਾਲਾ ਕੰਮ ਹੈ ਔਖਾ, ਭਾਵੇਂ ਆਪਾਂ ਕਿੰਨੇ ਕਹਿ ਦਈਏ ਵੀ ਹੁਣ ਤਾਂ ਬਹੁਤ ਸੌਖਾ ਹੋ ਗਿਆ, ਹੈ ਨਾ, ਐਵੇਂ ਹੋ ਗਿਆ, ਐਵੇਂ ਹੋ ਗਿਆ, ਪਰ ਕਈ ਕੰਮ ਤਾਂ ਹੁਣ ਵੀ ਔਖੇ ਆ। ਮੈਂ ਪੈਪ ਖਿੱਚਣ ਵਾਲੇ ਦੀ ਗੱਲ ਨਹੀਂ ਕਰਦਾ, ਹੋਰ ਕੰਮ ਬਹੁਤ ਔਖੇ ਆ ਖੇਤੀ ਦੇ, ਜਿਵੇਂ ਤੂੜੀ ਵਾਲਾ ਜਦੋਂ ਆ ਜਾਂਦਾ ਹੈ ਨਾ, ਤੂੜੀ ਦਾ ਕੰਮ ਬਹੁਤ ਔਖਾ ਗਾ, ਨੱਕ ਮੂੰਹ ਡੱਟ ਜਾਂਦਾ, ਜਮਾਂ ਸਾਹ ਨਹੀਂ ਆਉਂਦਾ, ਦੇਖ ਰੀਣ ਭਰ ਜਾਂਦੀ ਅੰਦਰ, ਅਤੇ ਗਰਮੀ ਇੰਨੀ ਜ਼ਿਆਦਾ ਹੁੰਦੀ ਆ, ਕੰਡ ਇੰਨੀ ਜ਼ਿਆਦਾ ਹੁੰਦੀ ਆ, ਕਈ ਕੰਮ ਹਜੇ ਵੀ ਖੇਤੀ ਦੇ ਬਹੁਤ ਜ਼ਿਆਦਾ ਔਖੇ ਆ। ਪਰ ਜੇ ਜਮੀ ਸੌਖੀ ਹੋ ਗਈ ਫਿਰ ਉਹ ਕੰਮ ਵੀ ਕੀ ਰਹਿ ਗਿਆ, ਹੈ ਨਾ, ਕੁਛ ਨਾ ਕੁਛ ਤਾਂ ਖਾਈ ਜਿਹੜੀ ਸਰੀਰ ਨੂੰ ਆਉਣੀ ਚਾਹੀਦੀ ਆ। ਚਲੋ ਦੋਸਤੋ, ਇੱਕ ਹੋਰ ਢੋਲ ਲੈ ਕੇ ਆ ਗਏ ਆ, ਆਪਾਂ ਫਿਰ ਮਿਲਦੇ ਹਾਂ। ਦੋਸਤੋ, ਦੂਜੀ ਵਾਰ ਵਾਲੀ ਚਾਹ ਮੈਂ ਧਰ ਲਈ ਆ, ਉਹਨਾਂ ਨੇ ਮੇਰੀ ਡਿਊਟੀ ਲਾਈ ਆ ਚਾਹ 'ਤੇ ਵੀ ਅਸੀਂ ਢੋਲ ਭਰ ਕੇ ਆਉਂਦੇ ਹਾਂ, ਸਾਡੇ ਆਉਂਦੇ ਨੂੰ ਚਾਹ ਬਣਾ ਕੇ ਰੱਖੀ। ਮੈਂ ਕਿਹਾ ਚਲੋ ਠੀਕ ਹੈ, ਅੱਗ ਮੈਂ ਮਚਾਇਆ, ਥੋੜ੍ਹੀਆਂ ਛੱਟੀਆਂ ਘੱਟ ਰਹਿ ਗਈਆਂ ਸੀਗੀਆਂ, ਹੁਣ ਮੈਂ ਛੱਟੀਆਂ ਲੈਣ ਆਉਣਾ, ਅਤੇ ਬਸ ਇੱਕ ਮੋਟੀ ਲੱਕੜ ਲਾਤੀ, ਚਾਹ ਬਣੀ ਪਈ ਆ, ਚੱਲ ਕੁਛ ਕੁ ਛੱਟੀਆਂ ਲੈ ਜਾਈਏ। ਆ ਰਿਹਾ ਆਪਣਾ ਸ਼ੋਰ ਛੱਟੀਆਂ ਦਾ, ਸਾਰਾ ਸਿਆਲ ਇੱਥੋਂ ਚੱਲਣੀ ਆ। ਬਸ ਦੋ ਕੁ ਛੱਟੀਆਂ ਬਹੁਤ ਹੈ, ਇੱਕ ਮੋਟੀ ਲੱਕੜ ਉੱਥੇ ਲਾਈ ਪਈ ਆ, ਚਾਹ ਉਹਨਾਂ ਦੇ ਆਉਂਦੇ ਨੂੰ ਐਂ ਕੌਫੀ ਵਰਗੀ ਬਣਾ ਦੂੰਗਾ ਪੂਰੀ। ਬਾਕੀ ਹਜੇ 15-20 ਮਿੰਟ ਤਾਂ ਉਹ ਆਉਂਦੇ ਨਹੀਂ, ਬਹੁਤ ਦੂਰ ਛੱਡ ਕੇ ਆਇਆ ਉਹਨਾਂ ਨੂੰ। ਖੇਤੀ ਦਾ ਕੰਮ ਬਾਈ ਬਹੁਤ ਔਖਾ ਗਾ, ਬਹੁਤ ਜ਼ਿਆਦਾ ਔਖਾ। ਬਸ ਤਾਂ ਪਹਿਲਾਂ ਮੈਂ ਬਹੁਤ ਕੀਤਾ ਹੀ ਐਵੇਂ ਤਾਂ, ਨਾਲ ਨੂੰ ਲਾਉਂਦਾ ਹੀ ਰਹਿਣਾ, ਹੁਣ ਥੋੜ੍ਹੇ ਟਾਈਮ ਤੋਂ ਘੱਟ ਰਿਹਾ ਸੀਗਾ ਮੈਂ। ਮੈਨੂੰ ਤਾਂ ਅੱਗ ਬੁੱਝ ਗਈ, ਚੱਲੀ ਜਾਂਦੀ ਹੈ ਅੱਗ, ਚੱਲੀ ਜਾਂਦੀ ਹੈ, ਪਰ ਇਹ ਗੱਲ ਵੱਖਰੀ ਹੈ ਵੀ ਧੂੰਆਂ ਜ਼ਿਆਦਾ ਅਤੇ ਅੱਗ ਥੋੜ੍ਹੀ ਹੈ। ਆਗ ਲੱਗਣੀ ਸੀ ਪਹਿਲੇ, ਧੂੰਆਂ ਉੱਠ ਗਿਆ, ਇੱਕ ਮਿੰਟ ਪਹਿਲਾਂ ਇਹਨੂੰ ਮਚਾ ਦਿਆਂ ਮੈਂ। ਇੱਕ ਗੱਲ ਹੋਰ ਆ ਦੋਸਤੋ, ਮੈਂ ਸਿਰਫ ਅੱਗ ਮਚਾਈ ਹੈ, ਪਾਣੀ ਤੱਤਾ ਕਰਿਆ, ਚਾਹ ਗੁੜ ਮੈਂ ਬਿਲਕੁਲ ਨਹੀਂ ਪਾਇਆ, ਕਿਉਂਕਿ ਮੈਨੂੰ ਇੰਨਾ ਭੇਤ ਨਹੀਂ ਹੈਗਾ ਵੀ ਕਿੰਨੀ ਇਹਦੇ 'ਚ ਚਾਹ ਪਊਗੀ, ਕਿੰਨਾ ਕੁ ਗੁੜ ਪਊ, ਕਿੰਨੀ ਖੰਡ ਪਊ, ਠੀਕ ਹੈ, ਐਵੇਂ ਕਿਤੇ ਮੈਨੂੰ ਸਾਹਮਣੇ ਬੰਦੇ ਨੂੰ ਸ਼ੂਗਰ ਕਰਕੇ ਧਰਦੇ ਆ। ਇਹ ਜ਼ਿੰਮੇਦਾਰੀ ਮੈਂ ਉਹਨਾਂ ਦੀ ਲਾਈ ਵੀ ਬਈ ਆਪਦਾ ਆਪੇ ਕੁਛ ਮਰਜ਼ੀ ਕਰਿਓ, ਮੈਂ ਤੁਹਾਡੇ ਆਉਂਦੇ ਨੂੰ ਪਾਣੀ ਬਾਲ ਦੂੰਗਾ, ਜਮਾਂ ਰਿੱਝਣ ਲਾ ਦੂੰਗਾ, ਤੇਜ਼ਾਬ ਮੰਗੂ, ਅਤੇ ਆਪਦਾ ਸਮਾਨਾ ਤੁਸੀਂ ਆਪ ਆ ਕੇ ਪਾ ਲਿਓ। ਹਾਂ, ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਮਿੱਠਾ ਘੱਟ ਰਹਿ ਜੇ ਵੱਧ ਰਹਿ ਜੇ ਮੈਂ ਤਾਂ ਉਹੋ ਜਿਹੇ ਪੀ ਲੈਂਦਾ, ਠੀਕ ਹੈ, ਮੈਨੂੰ ਕੋਈ ਜੀਭ ਦੇ ਸਵਾਦ ਦਾ ਨਹੀਂ ਹੈਗਾ, ਤਾਂ ਕਰਕੇ ਮੈਂ ਉਹਨਾਂ ਨੂੰ ਆਖਿਆ ਹੋਇਆ ਵੀ ਬਈ ਤੁਸੀਂ ਆਪਦਾ ਆਪੇ ਆ ਕੇ ਦੇਖ ਲਿਓ, ਮੇਰੇ ਸਾਰੇ ਆ ਸਿਰਫ ਤੁਹਾਡੇ ਆਉਂਦੇ ਨੂੰ ਪਾਣੀ ਤੱਤਾ ਕਰਕੇ ਰੱਖਣਾ, ਇਹ ਕੰਮ ਮੇਰਾ ਗਾ। ਅਤੇ ਅੱਗ ਹੁਣ ਆਪਣੀ ਪੂਰੀ ਚੱਲ ਪਈ ਆ, ਚਲੋ ਤੁਹਾਨੂੰ ਵੀ ਦਿਖਾਉਂਦੇ ਹਾਂ, ਕਿ ਤੁਹਾਨੂੰ ਇਹ ਨਾ ਲੱਗੇ ਵੀ ਕਾਪੀ ਮਰੀ ਜਾਂਦਾ ਗਾ, ਇਹ ਦੀਦੀ ਹੋ ਗਈ ਮੇਰੇ ਖਿਆਲ 'ਚ, ਆਹ ਸੀ ਅੱਗ ਪੂਰੀ ਟਿਪ ਟੋਪ ਚੱਲ ਰਹੀ ਆ। ਖੇਤਾਂ ਦੇ ਵਿੱਚ ਦੋਸਤੋ ਜਿਹੜਾ ਸਕੂਨ ਮਿਲਦਾ ਨਾ ਆ ਕੇ, ਜਿਹੜਾ ਮਨ ਨੂੰ ਸ਼ਾਂਤੀ ਮਿਲਦੀ, ਇੱਥੇ ਜਿਹੜਾ ਐਨ ਦਿਮਾਗ ਸ਼ਾਂਤ ਹੋ ਜਾਂਦਾ ਗਾ, ਹੋਰ ਕਿਤੇ ਨਹੀਂ ਹੈਗਾ, ਹੋਰ ਦੁਨੀਆ ਦੀ ਇਹੋ ਜਿਹੀ ਕੋਈ ਥਾਂ ਨਹੀਂ ਹੈਗੀ ਗੀ। ਕਿਉਂਕਿ ਆਪਾਂ ਘਰ ਵੀ ਜਾਂਦੇ ਹਾਂ ਜਾਂ ਆਪਦੇ ਘਰ ਜਾਂਦੇ ਹਾਂ, ਪਿੰਡ 'ਚ ਜਾਂਦੇ ਹਾਂ, ਸ਼ਹਿਰ 'ਚ ਕਿਤੇ ਜਾਂਦੇ ਹਾਂ, ਗੱਡੀਆਂ ਦੀ ਪਾਂ ਪੀ ਪੂੰ ਪੂੰ ਐਂ ਸਿਰ ਖਿਜਾ ਆਉਂਦੇ ਆ ਬੰਦੇ ਦਾ, ਹੈ ਨਾ, ਬੰਦਾ ਐਟੋਮੈਟਿਕ ਹੀ ਮਾਨਸਿਕ ਰੋਗੀ ਬਣ ਜਾਂਦਾ ਗਾ। ਪਰ ਇੱਥੇ ਆ ਕੇ ਬਹੁਤ ਜ਼ਿਆਦਾ ਫਰਕ ਪੈਂਦਾ ਗਾ, ਬਿਲਕੁਲ ਚੁੱਪ ਚਾਪ ਮਾਹੌਲ ਖੇਤਾਂ ਦਾ, ਸ਼ਾਂਤ ਮਾਹੌਲ, ਦੂਰ ਕਿਤੇ ਨਾ ਕਿਤੇ ਕੋਈ ਗੀਤ ਚੱਲੀ ਜਾਂਦਾ ਹੁੰਦਾ ਗਾ ਪੁਰਾਣਾ ਜਿਹਾ, ਕੋਈ ਅੰਮ੍ਰਿਤਾ ਵਿਰਕ ਦਾ, ਕੋਈ ਧਰਮਪ੍ਰੀਤ ਦਾ, ਹਰਦੇਵ ਮਾਈ ਨੰਗਲ ਜਾਂ ਲਾਭ ਹੀਰਾ ਜਾਂ ਕੋਈ ਵੀ ਹੋਰ ਲਾ ਲਓ ਤੁਸੀਂ ਪੁਰਾਣੇ ਗੀਤ, ਉਹ ਵਧੀਆ ਲੱਗਦੇ ਆ, ਅਤੇ ਵਿੱਚ ਵਿੱਚ ਅੱਜ ਕੱਲ੍ਹ ਵਾਲੇ ਵੀ ਚੱਲੀ ਜਾਂਦੇ ਹੁੰਦੇ ਆ, ਉਹ ਉਨੇ ਵਧੀਆ ਨਹੀਂ ਲੱਗਦੇ।
ਕਿਹੜੇ ਗੀਤ ਪੁਰਾਣੇ ਚੱਲੀ ਜਾਂਦੇ ਹੁੰਦੇ, ਦੂਰ ਕਿਤੋਂ ਆਵਾਜ਼ ਆਈ ਜਾਂਦੀ ਹੁੰਦੀ ਆ ਟਰੈਕਟਰ ਦੀ, ਵੀ ਟਰੈਕਟਰ 'ਤੇ ਗੀਤ ਚੱਲੀ ਜਾਂਦਾ, ਉਹ ਚੀਜ਼ ਬਹੁਤ ਵਧੀਆ ਲੱਗਦੀ ਆ। ਅਤੇ ਬਾਕੀ ਜਿਹੜਾ ਖੇਤਾਂ ਦਾ ਸ਼ਾਂਤ ਮਾਹੌਲ ਆ ਵਧੀਆ, ਚਿੜੀ ਜਨੌਰ ਮਾੜਾ ਮੋਟਾ ਬੋਲੀ ਜਾਂਦੇ ਰਹਿੰਦੇ ਆ, ਹੁਣ ਤੁਸੀਂ ਵਿੱਚ ਵੀਡੀਓ 'ਚ ਵੀ ਤੁਹਾਨੂੰ ਮਾੜਾ ਮੋਟਾ ਕੁਛ ਨਾ ਕੁਛ ਸੁਣਦਾ ਹੋਊਗਾ, ਇਹ ਚੀਜ਼ ਵਧੀਆ ਲੱਗਦੀ ਆ। ਇਹ ਸ਼ਹਿਰਾਂ 'ਚ ਜਾਂ ਫਿਰ ਘਰ ਜਾ ਕੇ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ, ਉੱਥੇ ਚੀਂਘ ਚੰਗਿਆੜਾ ਸਾਰਾ ਦਿਨ ਘਰ ਪਿਆ ਰਹਿੰਦਾ ਗਾ, ਅਤੇ ਜੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਫਿਰ ਤਾਂ ਜਮੀ ਬੁਰਾ ਹਾਲ ਆ। ਹਾਂਜੀ, ਪਿੰਡ 'ਚ ਬਹੁਤ ਫਰਕ ਆ, ਪਿੰਡ ਦਾ ਮਾਹੌਲ ਬਹੁਤ ਵਧੀਆ ਹੁੰਦਾ ਗਾ, ਸ਼ਾਂਤਮਈ ਮਾਹੌਲ ਹੁੰਦਾ ਗਾ। ਹੋ ਆਹ ਇੱਕ ਪਿੱਛੇ ਛਪੜੀ ਆ, ਇੱਥੇ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਨੇ, ਕਾਫੀ ਸਾਰੀਆਂ ਛਪੜੀ 'ਤੇ। ਜੰਡ ਆ ਗਿਆ, ਜੰਡ ਬਹੁਤ 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 ਜ਼ਿਆਦਾ ਪੁਰਾਣਾ ਦੋਸਤੋ, ਬਹੁਤ ਪੁਰਾਣਾ ਜੰਡ ਹੈਗਾ, ਮਤਲਬ ਮੈਂ ਨਾਪ ਤੋੜ ਕੇ ਤਾਂ ਨਹੀਂ ਦੱਸ ਸਕਦਾ ਵੀ ਹੈ ਨਾ ਵੀ ਕਿੰਨੇ ਸਾਲ ਪੁਰਾਣਾ ਹੋਊਗਾ, ਪਰ ਹੈ ਬਹੁਤ ਜ਼ਿਆਦਾ ਪੁਰਾਣਾ। ਕਿੱਡੇ ਕਿੱਡੇ ਤਾਂ ਇਹਦੇ ਡਾਹਣੇ ਟੁੱਟ ਗਏ, ਮਤਲਬ ਜਦੋਂ ਹਨੇਰੀ ਬੁੱਲਾ ਆਉਂਦਾ ਕਿੱਡੇ ਕਿੱਡੇ ਤਾਂ ਇਹਦੇ ਡਾਹਣੇ ਟੁੱਟ ਗਏ, ਫਿਰ ਵੀ ਉੱਡੇ ਦਾ ਉੱਡੇ ਹੀ ਖੜਾ ਹੈਗਾ, ਮਤਲਬ ਮੈਂ ਸੋਚਦਾ ਜੇ ਇਹਦਾ ਕੋਈ ਵੀ ਡਾਹਣਾ ਨਾ ਟੁੱਟਿਆ ਹੁੰਦਾ ਤਾਂ ਝੁੱਫਲਾ ਹੀ ਵੱਜ ਜਾਂਦਾ ਜਮਾਂ, ਐਡਾ ਵੱਡਾ ਹੋਣਾ ਸੀ ਇਹਨੇ। ਬਾਕੀ ਆ ਗਏ ਉਹ, ਹੁਣ ਚਾਹ ਪੀ ਕੇ ਫਿਰ ਪਾਉਂਦੇ ਅਗਲਾ ਢੋਲ, ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ। ਓਕੇ ਦੋਸਤੋ, ਪੂਰੇ 7 ਢੋਲ ਦਵਾਈ ਦੇ ਪਾ ਦਿੱਤੇ ਆ, ਅਤੇ ਮੈਂ ਜੇ ਇਸ ਟਾਈਮ ਆਪਦੀ ਹਾਲਤ ਦੱਸਾਂ ਤਾਂ ਬਿਲਕੁਲ ਬਈ ਖਤਮ ਹੋਇਆ ਪਿਆਂਗਾ। 7 ਢੋਲ ਪਾਉਣ ਤੋਂ ਬਾਅਦ ਹੱਥਾਂ ਪੈਰਾਂ 'ਚ ਬਿਲਕੁਲ ਜਾਨ ਨਹੀਂ ਰਹੀ ਗਈ, ਐਂ ਲੱਗਦਾ ਸਰੀਰ ਜਮ੍ਹਾਂ ਵੀ ਸਰੀਰ 'ਚੋਂ ਕਿਸੇ ਨੇ ਜਾਨ ਹੀ ਕੱਢ ਲਈ ਹੋਵੇ, ਬਿਲਕੁਲ ਮੈਨੂੰ ਅਧ ਮਰਿਆ ਕਰਤਾ। ਅਤੇ ਮੈਂ ਤਾਂ ਆਖਰ 'ਤੇ ਇਹੀ ਸੁਝਾਵ ਦੇਣਾ ਚਾਹੁੰਦਾ ਗਾ ਬਈ, ਵੀ ਜੇ ਤਾਂ ਤੁਹਾਡੇ ਕੋਲ ਅਖੀਰਲਾ ਰਾਸਤਾ ਹੈਗਾ ਖੇਤੀ ਕਰਨ ਦਾ, ਵੀ ਹੋਰ ਕੋਈ ਤੁਹਾਡੇ ਕੋਲ ਵਿਕਲਪ ਹੀ ਹੈ ਨਹੀਂ ਗਾ, ਫਿਰ ਤਾਂ ਖੇਤੀ ਕਰੋ, ਨਹੀਂ ਬਈ ਤੁਸੀਂ ਆਪਦਾ ਖਹਿੜਾ ਛਡਾਓ, ਕਿਸੇ ਹੋਰ ਕੰਮ 'ਤੇ ਲੱਗ ਜਾਓ। ਜੇ ਕਿਤੇ ਤੁਹਾਨੂੰ 8-10 ਹਜ਼ਾਰ ਰੁਪਇਆ 15 ਹਜ਼ਾਰ ਰੁਪਇਆ, ਖੈਰ 15 ਤਾਂ ਨਹੀਂ ਮਿਲਦਾ ਹੋਣਾ ਕਿਤੇ ਵੀ, ਹੋ ਸਕਦਾ ਚਲੋ ਮਿਲਦਾ ਹੋਵੇ, ਜੇ 8-10 ਵੀ ਮਿਲਦਾ ਤਾਂ ਕਿਤੇ ਉਹ ਕੰਮ ਕਰ ਲਓ, ਖੇਤੀ ਕਰਨੀ ਬਹੁਤ ਔਖੀ ਆ। ਹੋ ਸਕਦਾ ਪਰ ਬਈ ਮੈਨੂੰ ਇਕੱਲੇ ਨੂੰ ਔਖੀ ਲੱਗ ਰਹੀ ਹੋਵੇ, ਪਰ ਵੀ ਮੈਨੂੰ ਤਾਂ ਲੱਗਿਆ, ਮੈਂ ਆਪਦੀ ਰਾਏ ਦੇ ਰਿਹਾ। ਜੇ ਕੋਈ ਤੁਹਾਡਾ ਕਿਤੇ ਹੋਰ ਹੱਥ ਪੈਂਦਾ ਤਾਂ ਪਾ ਲਓ, ਅਤੇ ਖੇਤੀ ਤੋਂ ਬਈ ਤੌਬਾ ਤੌਬਾ ਕਰੋ, ਕੰਮ ਇਹ ਬਹੁਤ ਔਖਾ, ਕਿਉਂਕਿ ਹੁਣ ਤਾਂ ਚਲੋ ਠੰਡ ਆ ਹੈ ਨਾ, ਫਿਰ ਵੀ ਥੋੜ੍ਹਾ ਬਹੁਤ ਕੰਮ ਚੱਲ ਜਾਂਦਾ, ਗਰਮੀਆਂ ਵੀ ਆਉਣੀਆਂ, ਅਤੇ ਜਾਂ ਫਿਰ ਬਾਹਲੀ ਜ਼ਿਆਦਾ ਠੰਡ ਵੀ ਆਉਂਦੀ ਹੈ, ਰਾਤ ਨੂੰ ਪਾਣੀ ਲਾਉਣ ਵੀ ਆਉਣਾ, ਤਾਂ ਬਈ ਬਹੁਤ ਜ਼ਿਆਦਾ ਔਖਾ ਕੰਮ ਆ ਖੇਤੀ ਵਾਲਾ। ਅਤੇ ਇਸ ਦੇ ਨਾਲ ਹੀ ਦੋਸਤੋ, ਮੈਂ ਇਹ ਵੀ ਉਮੀਦ ਕਰਦਾ ਵੀ ਅੱਜ ਦਾ ਇਹ ਜਿਹੜਾ ਬਲੌਗ ਹੈ, ਇੱਕ ਛੋਟੀ ਜਿਹੜੀ ਵੀਡੀਓ ਸੀ, ਇਹ ਵੀ ਤੁਹਾਨੂੰ ਪਸੰਦ ਆਈ ਹੋਊਗੀ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਸ ਤਰ੍ਹਾਂ ਦੀ ਹੋਰ ਬਕਵਾਸ ਮੈਂ ਰੋਜ਼ ਕਰਿਆ ਕਰਾਂ ਕਿ ਨਾ ਕਰਿਆ ਕਰਾਂ, ਇੱਥੇ ਕੋਈ ਨਾ ਕੋਈ ਪੁਰਾਣਾ ਪਾਪੀ ਪਹੁੰਚਿਆ ਹੋਊਗਾ, ਜਿਹੜੇ ਜ਼ਿਆਦਾ ਸਮਝਦਾਰ ਜਿਹੜੇ ਸਿਆਣੇ ਬੰਦੇ ਆ ਵਿਚਾਰਿਆਂ ਕੋਲ, ਜਿਨ੍ਹਾਂ ਕੋਲ ਟਾਈਮ ਘੱਟ ਆ, ਉਹ ਤਾਂ ਪਹਿਲੀ ਵੀਡੀਓ ਕੱਟ ਗਏ ਹੋਣਗੇ। ਜਿਹੜਾ ਕੋਈ ਐਨ ਜਮ੍ਹਾਂ ਸਿਰੇ ਦਾ ਪਾਪੀ ਬੰਦਾ, ਪੁਰਾਣਾ ਸ਼ਿਕਾਰੀ ਆ, ਉਹੀ ਵੀਡੀਓ ਦੇ ਐਂਡ ਤੱਕ ਪਹੁੰਚਿਆ ਹੋਊਗਾ, ਉਹੀ ਕਮੈਂਟ ਕਰਕੇ ਮੈਨੂੰ ਦੱਸੂਗਾ ਵੀ ਹੋਰ ਮੈਂ ਇਹੋ ਜਿਹੀ ਬਕਵਾਸ ਕਰਿਆ ਕਰਾਂ ਜਾਂ ਨਾ ਕਰਿਆ ਕਰਾਂ। ਬਾਕੀ ਹਟਦਾ ਤਾਂ ਮੈਂ ਫਿਰ ਵੀ ਹੈ ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਬਹੁਤ ਬੇਸ਼ਰਮ ਹਾਂ, ਪਰ ਜੇ ਤੁਸੀਂ ਮੈਨੂੰ ਹੌਸਲਾ ਦਿਓਗੇ ਤਾਂ ਮੈਨੂੰ ਹੋਰ ਜ਼ਿਆਦਾ ਬੇਸ਼ਰਮੀ ਦਾ, ਹੋਰ ਜ਼ਿਆਦਾ ਹੌਸਲਾ ਮਿਲ ਜੂਗਾ। ਤਾਂ ਠੀਕ ਆ ਦੋਸਤੋ, ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਤੁਸੀਂ ਕਰੋ ਮੇਰਾ ਇੰਤਜ਼ਾਰ, ਮੈਂ ਵੀ ਕਰੂੰਗਾ ਤੁਹਾਡਾ ਇੰਤਜ਼ਾਰ। ਧੰਨਵਾਦ ਜੀ।